दोस्तों सारे वीरां नूं प्यार भरी सत श्री अकाल। मैं थोड़ा अपना सुखी शेर गिल पिंड हरिगढ़ जिहड़ा संगरूर बरनाला। सो दोस्तों जिवें सारयां नूं पता ही है कि संयुक्त किसान मोर्चे वालों कॉल आ चुकी है भी 11 तरीक नूं उत्थों 9 बजे सवेरे अरदास करके उत्थों सारयां ने चाले पा लेने आ, ते जिवें जिवें अगे उहनां दा हुक्म होऊगा भी उदू बाद इधर अमृतसर साहब जाणा जां जिथे इत्थे भी लोकां ने जाणा गा, आपो आपदे घरां तक हौली हौली पहुँचदे होणगे। तो उस संयुक्त किसान मोर्चा के अपने समूह जूनियर जो भी अपने वीर आउणगे किसान वीर के लिए लंगर तैयार किया गया व्या संगरूर बरनाला रोड से ढाबा गा रेवाला ढाबा जिथे गोविंदपुरा कोठे है तो नाल अकालगढ़ कोठे है तो रजवाड़े ढाबे वाले ने जोड़े वीर साढ़े इन्हों सहयोग रजवाड़े ढाबे के उपरी लंगर चलाया जा रहा है। जिहड़े अपने किसान वीर आउणगे दिल्ली धरने दे उपरों अज 10 तरीक नूं इह वीडियो बना रहे हैंगे, कल नूं वीर पहुँचने शुरू हो जाणगे। सो उधर नाल साढ़े मौजूदा जिवें आपां कह दिंदे आ वी मोहतवर बंदे बैठे हैगे, सारे सेवादार बैठे हैगे साढ़े वीर गोविंदपुरे कोठे दे ते अकालगढ़ कोठिआं दे ते रजवाड़ा ढाबे दे सहयोग नाल इह कम हो रिहा। आ टेंट लाया विआ ते उह मेज़ वगैरह तुसीं देख ही रहे हो ते नाल इधर साढ़े सारे वीर बैठे सेवादार। तो मैं बाई होरां नूं कहा भी चलो आपां अज वीडियो बनाईए, है ना भी वीडियो बनाउण दा मतलब की है भी एक दिन पहलां जिहड़ा समूह अपने किसान वीर ने गे जो भी अपने नाल जुड़े हुए जां वीडियो शेयर होनी हैगी सारयां तक गल पहुँचनी हैगी ते तुसीं देख सकदे हो भी साढ़े वीर सेवादार ने जिहड़े पक्के सेवादार ने मंडे पए नेगे। तो नाल इधर साढ़े कुछ मोहतवर बंदे बैठे हैगे, आपां बाई होरां नाल गल्लबात कर देंगे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ। ਅਤੇ ਬਾਈ ਜੀ ਤੁਸੀਂ ਵੀ ਦਿਓ ਵਿਚਾਰ ਵੀ ਇਹ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਗੋਬਿੰਦਪੁਰਾ ਕੋਠੇ ਵੱਲੋਂ ਅਕਾਲਗੜ੍ਹ ਕੋਠੇ ਵੱਲੋਂ ਅਤੇ ਰਜਵਾੜੇ ਢਾਬੇ ਵੱਲੋਂ ਇਹ ਜਿਹੜਾ ਸਾਂਝਾ ਮਿਲ ਕੇ ਕਿਸਾਨਾਂ ਦੇ ਲਈ ਲੰਗਰ ਲਾਇਆ ਜਾ ਰਿਹਾ। ਹਾਂਜੀ ਬਿਲਕੁਲ। ਅਤੇ ਤੁਸੀਂ ਵੀ ਆਪਦੇ ਵੱਲੋਂ ਕੋਈ ਦਿਓ ਵਿਚਾਰ ਜੀ। ਦੇਖੋ ਹੁਣ ਵਿਆਹ ਵਰਗਾ ਮਾਹੌਲ ਹੈ ਜੀ। ਜੀ ਬਿਲਕੁਲ ਜੀ। ਹਾਂਜੀ ਹਾਂ, ਇਹ ਗੱਲਾਂ ਕਿਸਾਨ ਅੰਦੋਲਨ ਦੀ ਜਨ ਅੰਦੋਲਨ ਦੀ। ਹਾਂਜੀ ਜਨ ਅੰਦੋਲਨ ਦੀ ਵਿੱਚ ਹਰ ਬੰਦੇ ਨੇ ਅੱਡੋ ਦੀ ਆਪੋ ਆਪਣੇ ਤਰੀਕੇ ਨਾਲ ਹਿੱਸਾ ਪਾਇਆ। NRI ਵੀਰਾਂ ਨੇ ਬਾਹਰੋਂ ਪਾਇਆ। ਹਾਂ, ਚਾਰ ਚਪੇਰੇ ਸਭ ਨੇ ਸਪੋਰਟ ਕੀਤੀ ਹੈ। ਬਿਲਕੁਲ ਜੀ। ਸੋ ਵੀ ਵਿਆਹ ਵਰਗਾ ਮਾਹੌਲ ਆ, ਹੈ ਨਾ। ਸਰਪੰਚ ਸਾਹਿਬ ਤੁਹਾਡੇ ਕੀ ਵਿਚਾਰ ਨੇ ਜੀ, ਅਸੀਂ ਤੁਹਾਥੋਂ ਵੀ ਜਾਣਨਾ ਚਾਹਾਂਗੇ, ਹੈ ਨਾ ਵੀ ਤੁਹਾਡੇ ਮਨ ਦੇ ਵਿੱਚ ਖੁਸ਼ੀ ਕਿੱਦਾਂ ਫੀਲ ਹੋ ਰਹੀ ਹੈ ਜਾਂ ਵੀ ਤੁਹਾਡੇ ਕੋਈ ਆਪਣੇ ਮਨ ਦੇ ਬਲਬਲੇ ਹੁੰਦੇ ਹੈਗੇ? ਆ ਖੁਸ਼ੀ ਕਰਕੇ ਵੀਰ ਇੰਨਾ ਇਹ ਪ੍ਰਬੰਧ ਕੀਤਾ ਹੈ ਜਿਹੜਾ ਸਾਡੇ ਕਿਸਾਨ ਆਗੂਆਂ ਨੇ ਉੱਥੇ ਇੰਨਾ ਸਮਾਂ ਬੈਠ ਕੇ ਇਹ ਸੰਘਰਸ਼ ਲੜਿਆ ਹੈਗਾ। ਬਿਲਕੁਲ। ਉਹਨਾਂ ਦਾ ਅਸੀਂ ਧੰਨਵਾਦ ਲਈ ਉਹਨਾਂ ਦੀ ਖੁਸ਼ੀ ਦੇ ਵਿੱਚ ਆ ਕੇ ਅਸੀਂ ਇਹ ਪ੍ਰੋਗਰਾਮ। ਬਿਲਕੁਲ ਬਿਲਕੁਲ। ਕਹਿੰਦੇ ਜਿਸ ਤਰ੍ਹਾਂ ਜਾਂਦੇ ਹੋਏ ਲੰਗਰ ਲੱਗੇ ਸੀਗੇ, ਹੈ ਨਾ ਵੀ ਉਸੇ ਤਰ੍ਹਾਂ ਹੀ ਕਿਤੇ। ਹਾਂਜੀ ਹਾਂ ਹਾਂ ਹਾਂ, ਵੀ 26 ਜਨਵਰੀ ਵੇਲੇ ਵੀ ਇੱਥੇ ਲੰਗਰ ਲੱਗਿਆ ਸੀਗਾ, ਵੀ ਜਿਸ ਤਰ੍ਹਾਂ ਜਾਂਦੇ ਹੋਏ ਲੰਗਰ ਲੱਗੇ ਸੀਗੇ ਉਸੇ ਤਰ੍ਹਾਂ ਹੀ ਇੱਥੇ ਹੁਣ ਵੀ ਲੱਗਿਆ ਹੈਗਾ, ਅਤੇ 26 ਜਨਵਰੀ ਵਾਲੇ ਦਿਨ ਵੀ ਲੱਗਿਆ ਸੀ। ਹਾਂ ਹਾਂ ਹਾਂਜੀ ਹਾਂ। ਇਹ ਜਦੋਂ ਆਪਾਂ ਸੰਗਰੂਰ ਵਾਲੇ ਪਾਸੇ ਆਉਂਦੇ ਹਾਂਗੇ ਜਾਂ ਜਿਹੜੇ ਵੀਰ ਮੰਨ ਕੇ ਚੱਲੋ ਖਣੌਰੀ ਤੋਂ ਪਾਤੜਾਂ ਸੰਗਰੂਰ ਹੋ ਕੇ ਆਉਣਗੇ ਤਾਂ ਆਪਣੇ ਬਰਨਾਲਾ ਰੋਡ 'ਤੇ ਬੜਬਰਾਲਾ ਜਿਹੜਾ ਟੋਲ ਟੈਕਸ ਹੈਗਾ, ਜਿੱਥੇ ਤੁਹਾਨੂੰ ਪਤਾ ਵੀ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈਗਾ, ਟੋਲ ਟੈਕਸਾਂ ਦੇ ਉੱਪਰ ਲੱਗੇ ਪਏ ਨੇ ਜਿਹੜਾ NH7 'ਤੇ ਟੋਲ ਟੈਕਸ ਹੈ। ਪਿੰਡ ਹਰੀਗੜ੍ਹ ਟੱਪ ਕੇ ਜਿਹੜੀ ਹਰੀਗੜ੍ਹ ਵਾਲੀ ਨਹਿਰ ਹੈ ਉਹ ਟੱਪ ਕੇ ਰਜਵਾੜਾ ਢਾਬਾ ਆਉਂਦਾ ਖੱਬੇ ਹੱਥ, ਉੱਥੇ ਇਹਦੀ ਲੋਕੇਸ਼ਨ ਆ, ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇੱਕ ਵਾਰ। ਅਤੇ ਇੱਥੇ ਇੱਕ ਰਜਵਾੜਾ ਗੁੜ ਦਾ ਘਲਾੜ ਵੀ ਚੱਲ ਰਿਹਾ ਹੈਗਾ ਜਿਹਦੇ ਨਾਲ ਆ ਬਿਲਕੁਲ ਇਹ ਲੋਕੇਸ਼ਨ। ਅਤੇ ਤੁਸੀਂ ਦੇਖ ਲਓ ਵੀ ਇੱਧਰਲੇ ਪਾਸੇ ਸਾਡੇ ਵੀਰਾਂ ਦਾ ਗੁੜ ਦਾ ਘਲਾੜ ਹੈ, ਇਹਨਾਂ ਰਜਵਾੜੇ ਵਾਲਿਆਂ ਦੀ ਆਪਦਾ ਹੀ, ਅਤੇ ਇਹਦੇ ਨਾਲ ਹੀ ਬਿਲਕੁਲ ਇੱਥੇ ਲੰਗਰ ਹੈ। ਅਤੇ ਉਦੋਂ ਪਹਿਲਾਂ ਆਉਂਦਿਆਂ ਨੂੰ ਤੁਹਾਨੂੰ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਇਹ ਸੰਗਰੂਰ ਵਾਲੇ ਪਾਸੇ ਆ ਰਹੀਆਂ ਨੇ ਅਤੇ ਰਜਵਾੜਾ 24 ਘੰਟੇ ਸਰਵਿਸ ਤੁਹਾਨੂੰ ਇੱਥੇ ਬੋਰਡ ਵੀ ਲੱਗਿਆ ਮਿਲੂਗਾ। ਅਤੇ ਇਹ ਤਿੰਨਾਂ ਉਸਦੇ ਸਹਿਯੋਗ ਨਾਲ ਗੋਬਿੰਦਪੁਰੇ ਕੋਠੇ, ਅਕਾਲਗੜ੍ਹ ਕੋਠੇ ਅਤੇ ਰਜਵਾੜੇ ਢਾਬੇ ਦੇ ਸਹਿਯੋਗ ਨਾਲ ਇੱਥੇ ਜਿਹੜਾ ਲੰਗਰ ਹੈ ਉਹ ਲੱਗ ਰਿਹਾ। ਤੁਸੀਂ ਨੈੱਟ 'ਤੇ ਵੀ ਜਿਹੜੇ ਸਾਡੇ ਕਿਸਾਨ ਵੀਰ ਆਉਣਗੇ ਰਜਵਾੜਾ ਹੂੜੀ ਭਰ ਕੇ ਲੋਕੇਸ਼ਨ ਭਰ ਲਿਓ, ਰਜਵਾੜਾ ਢਾਬਾ ਭਰ ਕੇ ਲੋਕੇਸ਼ਨ ਕੱਢ ਲਿਓ ਅਤੇ ਤੁਸੀਂ ਇੱਥੇ ਪਹੁੰਚ ਜਾਓਗੇ। ਸੋ ਜਿਹੜੇ ਵੀਰ ਆਉਣਗੇ ਸਾਰੇ ਇੱਥੇ ਲੰਗਰ ਛੱਕ ਕੇ ਜਾਣ, ਹੈ ਨਾ। ਅਤੇ ਵੀਰੋ ਤੁਹਾਡੇ ਲਈ ਲੰਗਰ ਲੱਗਿਆ ਤੁਹਾਡੀ ਸੇਵਾ ਦੇ ਵਿੱਚ ਹੈਗਾ, ਇੱਥੇ ਜ਼ਰੂਰ ਖੜ ਕੇ ਜਾਇਓ। ਬਹੁਤ ਬਹੁਤ ਮਿਹਰਬਾਨੀ।